ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਸਟਰ ਕਲਾਸਿਸ। ਮੇਰਾ ਨਾਮ ਅਰਸ਼ਦੀਪ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਗੱਲ ਕਰਨੀ ਜੀ ਲੈਜਿਸਲੇਟਿਵ ਕਾਉਂਸਲ ਬਾਰੇ। ਨਿਊਜ਼ ਕੀ ਹੈ, ਮੱਧ ਪ੍ਰਦੇਸ਼ ਦੀ ਸਰਕਾਰ ਨੇ ਇਹ ਇੰਡੀਕੇਸ਼ਨ ਦਿੱਤੀ ਹੈ ਵੀ ਜਲਦ ਹੀ ਉਹਨਾਂ ਦੀ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੋਊਗੀ। ਹੁਣ ਇਹ ਲੈਜਿਸਲੇਟਿਵ ਕਾਉਂਸਲ ਹੁੰਦੀ ਕੀ ਹੈ, ਦੇਖੋ ਜੇ ਆਪਾਂ ਪਾਰਲੀਮੈਂਟ ਦੀ ਗੱਲ ਕਰੀਏ, ਆਪਾਂ ਸਾਰਿਆਂ ਨੂੰ ਪਤਾ ਆਪਣਾ ਪਾਰਲੀਮੈਂਟ ਬਾਈ ਕੈਮਰਲ ਹੈ। ਇਹਦਾ ਮਤਲਬ ਆਪਣੇ ਪਾਰਲੀਮੈਂਟ ਦੇ ਵਿੱਚ ਦੋ ਹਾਊਸਿਸ ਨੇ, ਜਿਹੜਾ ਤਾਂ ਲੋਅਰ ਹਾਊਸ ਹੈ ਉਹਨੂੰ ਤਾਂ ਆਪਾਂ ਕਹਿੰਦੇ ਹਾਂ ਲੋਕ ਸਭਾ, ਤੇ ਜਿਹੜਾ ਅਪਰ ਹਾਊਸ ਹੈ ਉਹਨੂੰ ਆਪਾਂ ਕਹਿੰਦੇ ਹਾਂ ਰਾਜ ਸਭਾ। ਸਿਮੀਲਰਲੀ ਇੰਡੀਆ ਦੇ ਕੁਝ ਕੁ ਸਟੇਟਾਂ ਕੋਲ ਆਪਦਾ ਬਾਈ ਕੈਮਰਲ ਲੈਜਿਸਲੇਚਰ ਹੈਗਾ। ਉਹਨਾਂ ਸਟੇਟਸ ਦੇ ਵਿੱਚ ਜਿਹੜਾ ਲੋਅਰ ਹਾਊਸ ਹੁੰਦਾ ਹੈ ਉਹਨੂੰ ਤਾਂ ਕਿਹਾ ਜਾਂਦਾ ਵਿਧਾਨ ਸਭਾ, ਜਿਹੜਾ ਕਿ ਇਕੁਅਲੈਂਟ ਹੁੰਦਾ ਲੋਕ ਸਭਾ ਦੇ, ਤੇ ਜਿਹੜਾ ਅਪਰ ਹਾਊਸ ਹੁੰਦਾ ਉਹਨੂੰ ਕਿਹਾ ਜਾਂਦਾ ਵਿਧਾਨ ਪਰਿਸ਼ਦ ਜਾਂ ਲੈਜਿਸਲੇਟਿਵ ਕਾਉਂਸਲ, ਜਿਹੜਾ ਕਿ ਇਕੁਅਲੈਂਟ ਹੁੰਦਾ ਰਾਜ ਸਭਾ ਦੇ। ਇਹ ਤਾਂ ਹੁੰਦੇ ਨੇ ਜੀ ਲੈਜਿਸਲੇਟਿਵ ਕਾਉਂਸਲ। ਹੁਣ ਤੁਸੀਂ ਸੋਚ ਰਹੇ ਹੋਵੋਗੇ, ਮੈਂ ਇਹ ਕਿਉਂ ਕਿਹਾ ਵੀ ਇੰਡੀਆ ਦੇ ਸਿਰਫ ਕੁਝ ਕੁ ਹੀ ਸਟੇਟਸ ਕੋਲ ਆਪਦੀ ਖੁਦ ਦੀ ਲੈਜਿਸਲੇਟਿਵ ਕਾਉਂਸਲ ਹੈਗੀ ਹੈ, ਸਾਰੀਆਂ ਸਟੇਟਸ ਕੋਲ ਲੈਜਿਸਲੇਟਿਵ ਕਾਉਂਸਲ ਕਿਉਂ ਨਹੀਂ ਹੈਗੀ, ਇਹਦਾ ਆਨਸਰ ਤੁਹਾਨੂੰ ਅੱਗੇ ਜਾ ਕੇ ਆਪਣੇ ਆਪ ਪਤਾ ਚੱਲ ਜੂਗਾ। ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਇੰਡੀਆ ਦੇ 29 ਦੀਆਂ 29 ਸਟੇਟਾਂ ਨੇ, ਯਾਨੀ ਕਿ ਇੰਡੀਆ ਦੇ ਸਾਰੀਆਂ ਸਟੇਟਸ ਨੇ, ਇਹਨਾਂ ਕੋਲ ਆਪਦੀ ਖੁਦ ਦੀ ਲੈਜਿਸਲੇਟਿਵ ਕਾਉਂਸਲ ਯਾਨੀ ਕਿ ਵਿਧਾਨ ਪਰਿਸ਼ਦ ਕਿਉਂ ਹੋਣੀ ਚਾਹੀਦੀ ਹੈ, ਇਹੋ ਜਿਹੀ ਕੀ ਲੋੜ ਹੈ ਹਰੇਕ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਹੋਣੀ ਚਾਹੀਦੀ ਹੈ। ਇਹ ਕਾਰਨ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਕਾਰਨ ਇਹ ਹੈ, ਦੇਖੋ ਜਿਹੜਾ ਸਟੇਟ ਦਾ ਗਵਰਨਰ ਹੁੰਦਾ ਉਹ ਕੁਝ ਕੁ ਮੈਂਬਰਸ ਹੁੰਦੇ ਨੇ, ਉਹ ਜਿਹੜੀ ਸਟੇਟ ਦੀ ਵਿਧਾਨ ਪਰਿਸ਼ਦ ਹੁੰਦੀ ਹੈ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਉਹਦੇ ਵਿੱਚ ਨੋਮੀਨੇਟ ਕਰਕੇ ਭੇਜਦਾ, ਤੇ ਜਿਹੜੇ ਉਹ ਮੈਂਬਰ ਹੁੰਦੇ ਨੇ ਜਿਹੜੇ ਗਵਰਨਰ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ, ਉਹਨਾਂ ਵਿੱਚੋਂ ਕੁਝ ਤਾਂ ਅਕੈਡਮੀਸ਼ੀਅਨ ਹੋ ਗਏ, ਪੜ੍ਹੇ ਲਿਖੇ ਪ੍ਰੋਫੈਸਰ ਹੋ ਗਏ, ਯੂਨੀਵਰਸਿਟੀ ਦੇ ਪ੍ਰੋਫੈਸਰ ਹੋ ਗਏ, ਜਾਂ ਇੰਟਲੈਕਚੁਅਲ ਹੋ ਗਏ, ਕੋਈ ਡਾਕਟਰ ਹੁੰਦਾ, ਤੇ ਵੱਖ ਵੱਖ ਫੀਲਡ ਦੇ ਵਿੱਚੋਂ ਆਏ ਹੁੰਦੇ ਨੇ ਜਿਨ੍ਹਾਂ ਨੇ ਆਪਦੇ ਫੀਲਡ ਦੇ ਵਿੱਚ ਮਹਾਰਤ ਹਾਸਿਲ ਕੀਤੀ ਹੁੰਦੀ ਹੈ। ਤੇ ਇਹ ਚੀਜ਼ ਦਾ ਫਾਇਦਾ ਕੀ ਹੁੰਦਾ, ਦੇਖੋ ਇਹ ਚੀਜ਼ ਦੇ ਨਾਲ ਸਟੇਟ ਦੀ ਪ੍ਰੋਗਰੈਸ, ਸਟੇਟ ਦੀ ਤਰੱਕੀ ਦੇ ਵਿੱਚ ਇਹ ਯੋਗਦਾਨ ਪਾਉਂਦੇ ਨੇ। ਕਿਉਂ? ਕਿਉਂਕਿ ਦੇਖੋ ਜਿਹੜੇ ਜ਼ਿਆਦਾਤਰ MLA ਹੁੰਦੇ ਨੇ ਉਹ ਘੱਟ ਪੜ੍ਹੇ ਲਿਖੇ ਹੁੰਦੇ ਨੇ, ਤੇ ਕਈ MLA ਤਾਂ ਅਨਪੜ੍ਹ ਹੁੰਦੇ ਨੇ, ਬਟ ਇਹ ਲੋਕ ਤਾਂ ਪੜ੍ਹੇ ਲਿਖੇ ਹੁੰਦੇ ਨੇ। ਇਹ ਤਾਂ ਆਪਦਾ ਜਿਹੜੀ ਸ਼ਮਤਾ ਹੁੰਦੀ ਹੈ ਆਪਦੇ ਪੜ੍ਹੇ ਲਿਖੇ ਹੋਣ ਦੀ, ਉਹ ਸਟੇਟ ਦੀ ਲੈਜਿਸਲੇਚਰ ਦੇ ਵਿੱਚ ਬਖੂਬੀ ਨਿਭਾ ਸਕਦੇ ਨੇ। ਹਾਂ, ਹੁਣ ਜਿਹੜੇ ਕਈ ਅਕੈਡਮੀਸ਼ੀਅਨਸ ਹੋ ਗਏ, ਕਈ ਇੰਟਲੈਕਚੁਅਲ ਹੋ ਗਏ, ਇਹ ਜਿਹੜੀਆਂ ਡਾਇਰੈਕਟ ਇਲੈਕਸ਼ਨ ਹੁੰਦੀਆਂ ਨੇ ਸਟੇਟ ਦੀਆਂ ਵਿਧਾਨ ਸਭਾ ਦੀਆਂ, ਉਹਨਾਂ ਦੇ ਵਿੱਚ ਭਾਗ ਲੈਣ ਤੋਂ ਗੁਰੇਜ਼ ਕਰਦੇ ਨੇ। ਕਿਉਂ? ਕਿਉਂਕਿ ਦੇਖੋ ਜਿਹੜੇ ਤਾਂ MLA ਹੁੰਦੇ ਨੇ ਉਹਨਾਂ ਕੋਲ ਤਾਂ ਉਹ ਫਾਈਨੈਂਸ਼ੀਅਲੀ ਕਾਫੀ ਜ਼ਿਆਦਾ ਸਟਰੋਂਗ ਹੁੰਦੇ ਨੇ, ਤੇ ਉਹ ਇਲੈਕਸ਼ਨ ਦਾ ਖਰਚਾ ਵੀ ਚੱਕ ਲੈਂਦੇ ਨੇ। ਬਟ ਜਿਹੜੇ ਇਹ ਅਕੈਡਮੀਸ਼ੀਅਨ ਹੋ ਗਏ, ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਹੋ ਗਏ, ਇੰਟਲੈਕਚੁਅਲ ਹੋ ਗਏ, ਡਾਕਟਰਸ ਹੋ ਗਏ, ਠੀਕ ਹੈ, ਇਹ ਆਪਣੇ ਆਮ ਆਪਣੇ ਵਰਗੇ ਨੋਰਮਲ ਇਨਸਾਨ ਨੇ, ਤੇ ਇਹ ਇਲੈਕਸ਼ਨ ਦਾ ਇੰਨਾ ਖਰਚਾ ਨਹੀਂ ਚੱਕ ਸਕਦੇ। ਮੋਰ ਓਵਰ ਇਹ ਡਾਇਰੈਕਟ ਇਲੈਕਸ਼ਨ ਲੜਨ ਦੇ ਹੱਕ 'ਚ ਵੀ ਹੁੰਦੇ। ਸੋ ਇਹਨਾਂ ਨੂੰ ਜੇ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਭੇਜਿਆ ਜਾਵੇ, ਉੱਥੇ ਇਹ ਆਪਦੀ ਸ਼ਮਤਾ ਦਾ ਪ੍ਰੋਪਰ ਯੂਟੀਲਾਈਜ਼ ਕਰ ਸਕਦੇ ਨੇ, ਤੇ ਕਿਸੇ ਸਟੇਟ ਦੀ ਤਰੱਕੀ ਨੂੰ ਤਰੱਕੀ ਸਟੇਟ ਨੂੰ ਤਰੱਕੀ ਦੇ ਰਾਹਾਂ 'ਤੇ ਲੈ ਕੇ ਜਾ ਸਕਦੇ ਨੇ, ਆਪਦੇ ਪੜ੍ਹੇ ਲਿਖੇ ਹੋਣ ਦਾ ਇਹ ਫਾਇਦਾ ਲੈ ਸਕਦੇ ਨੇ। ਉਸ ਤੋਂ ਇਲਾਵਾ ਦੂਸਰਾ ਕਾਰਨ ਇਹ ਹੈ, ਜਿਹੜਾ ਸੈਕਿੰਡ ਚੈਂਬਰ ਹੁੰਦਾ ਹੈ ਜਿਹਨੂੰ ਆਪਾਂ ਸਟੇਟ ਦਾ ਅਪਰ ਹਾਊਸ ਕਹਿੰਦੇ ਹਾਂ, ਵਿਧਾਨ ਪਰਿਸ਼ਦ ਜਾਂ ਲੈਜਿਸਲੇਟਿਵ ਕਾਉਂਸਲ। ਹੁਣ ਦੇਖੋ ਗੱਲ ਆਪਾਂ ਕਰਦੇ ਹਾਂ, ਕਿਸੇ ਸਟੇਟ ਦੀ ਵਿਧਾਨ ਸਭਾ ਦੇ ਵਿੱਚ ਕੋਈ ਇੰਪੋਰਟੈਂਟ ਬਿੱਲ ਪਾਸ ਹੋਣ ਹੋਵੇ, ਹਨਾ, ਕੋਈ ਬਿੱਲ ਕਾਫੀ ਇੰਪੋਰਟੈਂਟ ਹੋਵੇ, ਤੇ ਫਰਜ਼ ਕਰੋ ਹੁਣ ਕਿਸੇ ਸਟੇਟ ਦੇ ਵਿੱਚ ਤਾਂ ਇਕੱਲੀ ਹੀ ਲੈਜਿਸਲੇਟਿਵ ਅਸੈਂਬਲੀ ਹੈ, ਯਾਨੀ ਕਿ ਇਕੱਲੀ ਵਿਧਾਨ ਸਭਾ ਹੈ, ਤੇ ਇਹਦੇ ਨਾਲ ਕੀ ਹੋਊਗਾ। ਹੁਣ ਫਰਜ਼ ਕਰੋ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਸਾਰਿਆਂ ਨੂੰ ਪਤਾ ਆਪਣਾ ਪੰਜਾਬ ਯੂਨੀਕੈਮਰਲ ਹੈ, ਆਪਣੇ ਪੰਜਾਬ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਨਹੀਂ ਹੈਗੀ। ਹੁਣ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਾਂਗਰਸ ਪਾਰਟੀ ਹੈ, ਉਹਦੀ ਮੈਜੋਰਟੀ ਹੈ, ਕਾਫੀ ਜ਼ਿਆਦਾ ਸੀਟਾਂ ਨੇ ਕਾਂਗਰਸ ਪਾਰਟੀ ਕੋਲ, ਤੇ ਜੇ ਕੋਈ ਬਿੱਲ ਪਾਸ ਕਰਵਾਉਣਾ ਵੀ ਹੁੰਦਾ ਉਹ ਕਾਂਗਰਸ ਪਾਰਟੀ ਹੈਗੀ, ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਸਾਨੀ ਦੇ ਨਾਲ ਪਾਸ ਕਰਵਾ ਲੈਂਦੀ ਹੈ। ਹੁਣ ਗੱਲ ਕਰੋ ਜੇ ਕਿਸੇ ਆਪਣੇ ਪੰਜਾਬ ਦੀ ਹੀ ਗੱਲ ਕਰੋ, ਜੇ ਆਪਣੇ ਪੰਜਾਬ ਦੇ ਜਿਹੜਾ ਲੈਜਿਸਲੇਚਰ ਹੈ ਉਹ ਬਾਈ ਕੈਮਰਲ ਹੋਵੇ, ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੀ ਵਿਧਾਨ ਪਰਿਸ਼ਦ ਇਹ ਵੀ ਹੋਵੇ, ਇਹਦੇ ਨਾਲ ਕੀ ਹੋਊਗਾ, ਜਿਹੜਾ ਉਹ ਇੰਪੋਰਟੈਂਟ ਬਿੱਲ ਹੋਵੇ ਜਿਹਦਾ ਪਤਾ, ਮਤਲਬ ਜਿਹੜਾ ਉਹ ਬਿੱਲ ਜਿਹੜਾ ਇੰਪੋਰਟੈਂਟ ਹੋਵੇ, ਉਹ ਸਟੇਟ ਦੀ ਅੱਗੇ ਵਿਧਾਨ ਪਰਿਸ਼ਦ ਦੇ ਵਿੱਚ ਜਾਵੇ, ਤੇ ਉੱਥੇ ਪ੍ਰੋਪਰ ਡਿਟੇਲ ਦੇ ਵਿੱਚ ਡਿਬੇਟ ਹੋ ਸਕੇ ਵੀ ਵਾਕਈ ਜਿਹੜਾ ਇਹ ਬਿੱਲ ਹੈਗਾ ਇਹ ਪਾਸ ਹੋਣ ਦੇ ਕਾਬਿਲ ਹੈ, ਇਹ ਹੋਣਾ ਚਾਹੀਦਾ ਜਾਂ ਨਹੀਂ। ਤੇ ਲੈਜਿਸਲੇਟਿਵ ਜਿਹੜੀ ਕਾਉਂਸਲ ਹੈ ਉਹਨੂੰ ਵੀ ਕੁਝ ਕੁ ਪਾਵਰਸ ਹੋਣੀਆਂ ਚਾਹੀਦੇ ਨੇ, ਜਿਵੇਂ ਰਾਜ ਸਭਾ ਨੂੰ ਦਿੱਤੇ ਹੋਏ ਨੇ ਆਰਡੀਨਰੀ ਬਿੱਲ ਦੇ ਰਿਗਾਰਡਿੰਗ। ਇਹਦੇ ਨਾਲ ਕੀ ਹੋਊਗਾ, ਜਿਹੜੇ ਅਨਇੰਪੋਰਟੈਂਟ ਜੇ ਬਿੱਲ ਪਾਸ ਕਰਵਾਏ ਜਾਂਦੇ ਨੇ, ਇੱਕ ਤਾਂ ਉਹਨਾਂ ਚੀਜ਼ ਨੂੰ ਰੋਕਿਆ ਜਾਊਗਾ। ਸੋ ਇਹਨਾਂ ਕਾਰਨਾਂ ਕਰਕੇ ਹਰੇਕ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਜਾਂ ਵਿਧਾਨ ਸਭਾ ਹੋਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਕਾਰਨ ਹੋਰ ਪੜ੍ਹਦੇ ਹਾਂ ਆਪਾਂ, ਇਹਦੇ ਨਾਲ ਕੀ ਹੋਊਗਾ, ਜੇ ਹਰੇਕ ਸਟੇਟ ਦੇ ਵਿੱਚ ਵਿਧਾਨ ਪਰਿਸ਼ਦ ਲੈਜਿਸਲੇਟਿਵ ਕਾਉਂਸਲ ਹੋਊਗੀ, ਇਹਦੇ ਨਾਲ ਜਿਹੜਾ ਵਰਕਲੋਡ ਹੁੰਦਾ ਹੈ ਇੱਕ ਹਾਊਸ ਦੇ, ਜਿਹੜਾ ਸਟੇਟ ਦਾ ਇੱਕ ਹਾਊਸ ਹੁੰਦਾ ਉਹਦੇ ਉੱਪਰ ਕਾਫੀ ਵਰਕਲੋਡ ਹੁੰਦਾ, ਉਹ ਜਿਹੜਾ ਵਰਕ ਹੁੰਦਾ ਉਹ ਆਪਸ ਦੇ ਵਿੱਚ ਵੰਡਿਆ ਜਾਂਦਾ, ਯਾਨੀ ਕਿ ਜਿਹੜੀ ਵਿਧਾਨ ਪਰਿਸ਼ਦ ਹੁੰਦੀ ਹੈ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਉਹਦੇ ਵਿੱਚ ਵਿਧਾਨ ਸਭਾ ਦਾ ਜਿਹੜਾ ਕੰਮ ਹੁੰਦਾ ਉਹ ਸ਼ੇਅਰ ਕਰਿਆ ਜਾਂਦਾ। ਸੋ ਇਹਨਾਂ ਕਾਰਨਾਂ ਕਰਕੇ ਲੈਜਿਸਲੇਟਿਵ ਕਾਉਂਸਲ ਹਰੇਕ ਸਟੇਟ ਦੇ ਵਿੱਚ ਹੋਣੀ ਚਾਹੀਦੀ ਹੈ, ਇਹਨਾਂ ਦੀ ਲੋੜ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਕ੍ਰਿਟੀਸਿਜ਼ਮ ਕਿਉਂ ਹੁੰਦਾ ਲੈਜਿਸਲੇਟਿਵ ਕਾਉਂਸਲ ਹੋਣ ਦਾ, ਇਹ ਜਿਹੇ ਕਿਹੜੇ ਕਿਹੜੇ ਮਤਲਬ ਜਿਹੜੇ ਵਿਦਵਾਨ ਨੇ ਜਿਹੜੇ ਕ੍ਰਿਟੀਸਿਜ਼ਮ ਕਰਦੇ ਨੇ ਵੀ ਸਟੇਟ ਦੇ ਵਿੱਚ ਜਿਹੜੀ ਵਿਧਾਨ ਪਰਿਸ਼ਦ ਹੈ ਉਹ ਹੋਣੀ ਨਹੀਂ ਚਾਹੀਦੀ, ਇਹ ਕਿਹੜੇ ਕਿਹੜੇ ਕਾਰਨ ਨੇ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾ ਕਾਰਨ ਜਿਹੜਾ ਦੱਸਿਆ ਗਿਆ, ਇਹ ਕਹਿੰਦੇ ਜਿਹੜੀ ਸਟੇਟ ਦੀ ਵਿਧਾਨ ਪਰਿਸ਼ਦ ਹੈ ਲੈਜਿਸਲੇਟਿਵ ਕਾਉਂਸਲ ਹੈ, ਇਹਦੇ ਵਿੱਚ ਇੰਟਲੈਕਚੁਅਲ ਹੋ ਗਏ ਜਿਹੜੇ ਜਾਂ ਪੜ੍ਹੇ ਲਿਖ ਲੋਕ ਹੋ ਗਏ ਇਹਨਾਂ ਨੂੰ ਮਤਲਬ ਅੱਗੇ ਭੇਜਣ ਦੀ ਜਗ੍ਹਾ ਜਿਹੜੇ ਮੌਜੂਦਾ ਸਰਕਾਰ ਹੁੰਦੀ ਹੈ ਇਹ ਆਪਦੇ ਹੀ ਰਿਸ਼ਤੇਦਾਰ ਹੋ ਗਏ, ਇਹ ਜਿਹੜੇ MLA ਹੋ ਗਏ ਜਿਹੜੇ ਇਲੈਕਸ਼ਨ ਹਾਰੇ ਹੁੰਦੇ ਨੇ ਉਹਨਾਂ ਨੂੰ ਵੀ ਸਟੇਟ ਦੀ ਵਿਧਾਨ ਪਰਿਸ਼ਦ ਦੇ ਵਿੱਚ ਭੇਜ ਦਿੰਦੀ ਹੈ, ਪੜ੍ਹੇ ਲਿਖੇ ਲੋਕ ਹੋ ਗਏ ਇਹ ਫੇਰ ਖੁੰਝ ਜਾਂਦੇ ਨੇ, ਇਹਨਾਂ ਨੂੰ ਸਟੇਟ ਦੀ ਵਿਧਾਨ ਪਰਿਸ਼ਦ ਦੇ ਵਿੱਚ ਫੇਰ ਨਹੀਂ ਭੇਜਿਆ ਜਾਂਦਾ, ਠੀਕ ਹੈ। ਸੋ ਤਾਂ ਇੱਕ ਦਾ ਪਹਿਲਾ ਤਰਕ ਇਹ ਹੈ ਇਸੇ ਕਰਕੇ ਇਹਦਾ ਕ੍ਰਿਟੀਸਿਜ਼ਮ ਹੁੰਦਾ। ਦੂਸਰਾ ਕਾਰਨ ਇਹ ਹੈ ਕਈ ਵਾਰ ਜਿਹੜੀ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਉਹ ਜਿਹੜੀ ਪ੍ਰੋਗਰੈਸਿਵ ਲੈਜਿਸਲੇਸ਼ਨ ਹੁੰਦੀ ਹੈ ਯਾਨੀ ਕਿ ਸਟੇਟ ਦੀ ਜਿਹੜੀ ਲੈਜਿਸਲੇਸ਼ਨ ਚੱਲ ਰਹੀ ਹੁੰਦੀ ਹੈ ਕੋਈ ਇੰਪੋਰਟੈਂਟ ਬਿੱਲ ਪਾਸ ਕਰਾਉਣਾ ਹੋਵੇ ਉਹਦੇ ਵਿੱਚ ਇਹ ਡਿਲੇ ਪਾਉਂਦੀਆਂ ਨੇ ਲੈਜਿਸਲੇਟਿਵ ਕਾਉਂਸਲ ਵਿਧਾਨ ਪਰਿਸ਼ਦ। ਉਸ ਤੋਂ ਇਲਾਵਾ ਇਹ ਕਹਿੰਦੇ ਇਟ ਇਜ਼ ਐਨ ਆਲਸੋ ਐਨ ਅਨਨੈਸੈਸਰੀ ਡਰੇਨ ਔਨ ਦਾ ਐਕਸਚੈਕਰ। ਐਕਸਚੈਕਰ ਕੀ ਹੁੰਦਾ ਹੈ? ਐਕਸਚੈਕਰ ਹੁੰਦਾ ਜੀ ਸਰਕਾਰੀ ਖਜ਼ਾਨਾ। ਇਹ ਕਹਿੰਦੇ ਜੇ ਲੈਜਿਸਲੇਟਿਵ ਕਾਉਂਸਲ ਵਿਧਾਨ ਪਰਿਸ਼ਦ ਕਿਸੇ ਸਟੇਟ ਦੇ ਵਿੱਚ ਹੋਗੀ ਤਾਂ ਇਹ ਸਟੇਟ ਦਾ ਜਿਹੜਾ ਸਰਕਾਰੀ ਖਜ਼ਾਨਾ ਹੋਊਗਾ ਉਹਦੇ ਉੱਪਰ ਬੋਝ ਹੋਊਗਾ। ਕਿਉਂ? ਕਿਉਂਕਿ ਜਿਹੜੇ ਇਸ ਵਿਧਾਨ ਪਰਿਸ਼ਦ ਦੇ ਵਿੱਚ MLA ਜਾਣਗੇ ਉਹਨਾਂ ਨੂੰ ਤਨਖਾਹ ਵੀ ਦੇਣੀ ਪਊਗੀ ਤੇ ਅੱਗੇ ਉਹਨਾਂ ਨੂੰ ਪੈਨਸ਼ਨ ਦੇਣੀ ਪਊਗੀ, ਤੇ ਆਪਾਂ ਸਾਰਿਆਂ ਨੂੰ ਪਤਾ ਇਹਨਾਂ MLA ਦੀ ਜਿਹੜੀ ਤਨਖਾਹਾਂ ਹੁੰਦੀਆਂ ਨੇ ਉਹ ਕਿੰਨੀਆਂ ਜ਼ਿਆਦਾ ਹੁੰਦੀਆਂ ਨੇ। ਸੋ ਇਹ ਸਟੇਟ ਦੇ ਸਰਕਾਰੀ ਖਜ਼ਾਨੇ ਦੇ ਉੱਪਰ ਵੀ ਬੋਝ ਹੈ। ਅਗਲਾ ਪੁਆਇੰਟ ਆ ਗਿਆ, ਇਹ ਇੰਪੋਰਟੈਂਟ ਹੈ, ਇਹ ਕਹਿੰਦੇ ਅਨਲਾਈਕ ਰਾਜ ਸਭਾ ਵਿਚ ਹੈਜ਼ ਸਬਸਟੈਂਸ਼ੀਅਲ ਪਾਵਰਸ ਟੂ ਸ਼ੇਪ ਨੋਨ ਫਾਈਨੈਂਸ਼ੀਅਲ ਲੈਜਿਸਲੇਸ਼ਨ, ਲੈਜਿਸਲੇਟਿਵ ਕਾਉਂਸਲ ਲੈਕ ਦਾ ਕੰਸਟੀਟਿਊਸ਼ਨ ਮੈਂਡੇਟ ਟੂ ਡੂ ਸੋ। ਦੇਖੋ ਜਿਹੜਾ ਇਹ ਪੁਆਇੰਟ ਹੈਗਾ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਣਾ ਚਾਹੁੰਦਾ, ਇੱਥੇ ਮੈਂ ਇਹਨੂੰ ਨਹੀਂ ਸਮਝਾਉਣਾ। ਅਗਲਾ ਪੁਆਇੰਟ ਆ ਗਿਆ, ਇਹ ਕਹਿੰਦਾ ਜਿਵੇਂ ਰਾਜ ਸਭਾ ਦੇ ਜਿਹੜੇ MPs ਹੁੰਦੇ ਨੇ ਉਹ ਪ੍ਰੈਜੀਡੈਂਟ ਤੇ ਵਾਈਸ ਪ੍ਰੈਜੀਡੈਂਟ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਤਾਂ ਵੋਟ ਪਾ ਸਕਦੇ ਨੇ, ਬਟ ਇਹ ਪਾਵਰ ਜਿਹੜੇ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਹੁੰਦੇ ਨੇਗੇ ਸਟੇਟ ਦੀ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਉਹਨਾਂ ਨੂੰ ਇਹ ਪਾਵਰ ਨਹੀਂ ਦਿੱਤੀ ਹੁੰਦੀ, ਉਹ ਪ੍ਰੈਜੀਡੈਂਟ ਤੇ ਵਾਈਸ ਪ੍ਰੈਜੀਡੈਂਟ ਨੂੰ ਚੁਣਨ ਦੇ ਵਿੱਚ ਆਪਦਾ ਕੀਮਤੀ ਵੋਟ ਉਹ ਨਹੀਂ ਪਾ ਸਕਦੇ। ਸੋ ਇੱਕ ਤਾਂ ਇਹਨਾਂ ਨਾਲ ਇਸ ਤਰ੍ਹਾਂ ਵਿਕਰ ਹੁੰਦਾ, ਸੋ ਲੈਜਿਸਲੇਟਿਵ ਕਾਉਂਸਲ ਦਾ ਕ੍ਰਿਟਿਸਮ ਇਸ ਤਰ੍ਹਾਂ ਹੁੰਦਾ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਜਿਵੇਂ ਮਨੀ ਬਿੱਲ ਦੇ ਰਿਗਾਰਡਿੰਗ, ਇਹ ਮਨੀ ਬਿੱਲ ਨੂੰ ਜਿਹੜੀ ਸਟੇਟ ਦੀ ਵਿਧਾਨ ਪਰਿਸ਼ਦ ਹੁੰਦੀ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸਿਰਫ 14 ਦਿਨ ਤੱਕ ਹੀ ਰੋਕ ਸਕਦੀ ਹੈ, ਉਹ ਤੋਂ ਬਾਅਦ ਜਿਹੜਾ ਉਹ ਮਨੀ ਬਿੱਲ ਹੋਊਗਾ ਉਹ ਆਪਣੇ ਆਪ ਆਟੋਮੈਟਿਕਲੀ ਪਾਸ ਹੋ ਜਾਊਗਾ। ਇਹ ਕੰਡੀਸ਼ਨ ਵੈਸੇ ਰਾਜ ਸਭਾ ਦੇ ਵਿੱਚ ਵੀ ਸੇਮ ਹੈ, ਮਨੀ ਬਿੱਲ ਦੇ ਰਿਗਾਰਡਿੰਗ ਨਾ ਤਾਂ ਕਿਸੇ ਸਟੇਟ ਦੀ ਵਿਧਾਨ ਪਰਿਸ਼ਦ ਹੋਗੀ ਤੇ ਨਾ ਹੀ ਆਪਣੇ ਪਾਰਲੀਮੈਂਟ ਦੇ ਵਿੱਚ ਜਿਹੜੇ ਰਾਜ ਸਭਾ ਹੋਗੀ ਉਹਨਾਂ ਕੋਲ ਕੋਈ ਵੀ ਪਾਵਰ ਨਹੀਂ ਹੈਗੀ ਮਨੀ ਬਿੱਲ ਦੇ ਰਿਗਾਰਡਿੰਗ। ਸੋ ਇਹ ਕੁਝ ਕੁ ਕਾਰਨ ਇਹਨਾਂ ਕਰਕੇ ਕ੍ਰਿਟਿਸਿਜ਼ਮ ਹੁੰਦਾ ਤੇ ਜਿਹੜਾ ਆਹ ਕਾਰਨ ਹੈਗਾ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਣਾ। ਹੁਣ ਆਪਾਂ ਗੱਲ ਕਰਦੇ ਹਾਂ ਕਿਸੇ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਯਾਨੀ ਕਿ ਵਿਧਾਨ ਪਰਿਸ਼ਦ ਇਹਨੂੰ ਬਣਾਇਆ ਕਿਵੇਂ ਜਾਂਦਾ। ਦੇਖੋ ਸੰਵਿਧਾਨ ਦਾ ਜਿਹੜਾ ਆਰਟੀਕਲ 169 ਹੈ, 169 ਆਰਟੀਕਲ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਵੀ ਪਾਰਲੀਮੈਂਟ ਮੇ ਬਾਏ ਲਾ ਕ੍ਰੀਏਟ ਔਰ ਅਬੋਲਿਸ਼ ਦਾ ਸੈਕਿੰਡ ਚੈਂਬਰ ਇਨ ਏ ਸਟੇਟ ਇਫ ਦਾ ਲੈਜਿਸਲੇਟਿਵ ਅਸੈਂਬਲੀ ਆਫ ਦੈਟ ਸਟੇਟ ਪਾਸਿਸ ਏ ਰੈਜ਼ੋਲੂਸ਼ਨ ਟੂ ਦੈਟ ਇਫੈਕਟ ਬਾਈ ਏ ਸਪੈਸ਼ਲ ਮੈਜੋਰਟੀ। ਇੱਥੋਂ ਇਹ ਗੱਲ ਪਤਾ ਲੱਗਦੀ ਹੈ ਵੀ ਲੈਜਿਸਲੇਟਿਵ ਕਾਉਂਸਲ ਦਾ ਹੋਣਾ ਜਾਂ ਨਾ ਹੋਣਾ ਵੀ ਕਿਸੇ ਸਟੇਟ ਨੂੰ ਲੈਜਿਸਲੇਟਿਵ ਕਾਉਂਸਲ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਉਹ ਸਟੇਟ ਦੀ ਮਰਜ਼ੀ ਹੁੰਦੀ ਹੈ, ਠੀਕ ਹੈ। ਮਤਲਬ ਉਹ ਸਟੇਟ ਦੀ ਮਰਜ਼ੀ ਹੁੰਦੀ ਹੈ ਵੀ ਉਹਨਾਂ ਨੂੰ ਲੋੜ ਹੈਗੀ ਹੈ ਲੈਜਿਸਲੇਟਿਵ ਕਾਉਂਸਲ ਦੀ ਜਾਂ ਲੋੜ ਨਹੀਂ ਹੈਗੀ। ਹੁਣ ਇਹ ਇੱਥੋਂ ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹਦਾ ਵੀ ਆਨਸਰ ਤੁਹਾਨੂੰ ਮਿਲ ਜੂਗਾ। ਦੇਖੋ ਇਹਦਾ ਮਤਲਬ ਇਹ ਹੈ ਵੀ ਜਿਹੜੀ ਲੈਜਿਸਲੇਟਿਵ ਕਾਉਂਸਲ ਹੈ ਉਹ ਬਣਾਉਣ ਦੀ ਪਾਵਰ ਕਿਹਦੇ ਕੋਲ ਹੈ? ਸਭ ਤੋਂ ਪਹਿਲਾ ਕੁਐਸਚਨ ਇੱਥੋਂ ਇਹ ਨਿਕਲਦਾ ਹੈ PPSC ਨੇ ਜਿਹੜਾ ਇਸ ਵਾਰ ਦਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਕੰਡਕਟ ਕਰਵਾਇਆ ਸੀ ਉਹਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਵੀ ਲੈਜਿਸਲੇਟਿਵ ਕਾਉਂਸਲ ਨੂੰ ਅਬੋਲਿਸ਼ ਕੌਣ ਕਰਦਾ ਹੈ? ਤੇ ਕਈ ਬੱਚੇ ਇਹ ਕੁਐਸਚਨ ਗਲਤ ਕਰਕੇ ਆਏ ਸੀ, ਉਹਨਾਂ ਨੂੰ ਕਨਫਿਊਜ਼ਨ ਸੀ ਵੀ ਪਾਰਲੀਮੈਂਟ ਕਰਦੀ ਹੈ ਜਾਂ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਕਰਦੀ ਹੈ, ਉਹ ਤੁਹਾਡੀ ਕਨਫਿਊਜ਼ਨ ਮੈਂ ਇੱਥੇ ਹੀ ਦੂਰ ਕਰ ਦੇਣਾ। ਦੇਖੋ ਲੈਜਿਸਲੇਟਿਵ ਕਾਉਂਸਲ ਨੂੰ ਬਣਾਉਣਾ ਹੈ ਜਾਂ ਉਹਨੂੰ ਅਬੋਲਿਸ਼ ਕਰਨਾ ਹੈ ਇਹ ਪਾਵਰ ਹੈਗੇ ਜੀ ਇਕੱਲੇ ਪਾਰਲੀਮੈਂਟ ਕੋਲ। ਆਰਟੀਕਲ 169 ਦੇ ਵਿੱਚ ਇਹ ਚੀਜ਼ ਬਕਾਇਦਾ ਲਿਖੀ ਹੋਈ ਹੈ ਵੀ ਪਾਰਲੀਮੈਂਟ ਕੋਲ ਹੀ ਪਾਵਰ ਹੈ ਵੀ ਉਹ ਵਿਧਾਨ ਜਿਹੜੀ ਪਰਿਸ਼ਦ ਹੈ ਲੈਜਿਸਲੇਟਿਵ ਕਾਉਂਸਲ ਉਹਨੂੰ ਉਹ ਬਣਾ ਵੀ ਸਕਦੀ ਹੈ ਤੇ ਉਹਨੂੰ ਉਹ ਅਬੋਲਿਸ਼ ਵੀ ਕਰ ਸਕਦੀ ਹੈ। ਇਹ ਬਟ ਇਹ ਪਾਰਲੀਮੈਂਟ ਕਦੋਂ ਕਰੂਗੀ? ਜਦੋਂ ਸਟੇਟ ਦੀ ਵਿਧਾਨ ਜਿਹੜੀ ਸਭਾ ਹੈ ਲੈਜਿਸਲੇਟਿਵ ਅਸੈਂਬਲੀ ਹੈ ਉਹ ਆਪਦੀ ਸਟੇਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰੂਗੀ ਬਾਏ ਸਪੈਸ਼ਲ ਮੈਜੋਰਟੀ। ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਹੁਣ ਫਰਜ਼ ਕਰੋ ਪੰਜਾਬ ਚਾਹੁੰਦਾ ਹੈ ਵੀ ਸਾਡੀ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੈਗੀ ਜਿਹੜੀ ਵਿਧਾਨ ਪਰਿਸ਼ਦ ਉਹ ਹੋਵੇ, ਤਾਂ ਆਪਣੇ ਪੰਜਾਬ ਕੀ ਕਰੂਗਾ? ਸਭ ਤੋਂ ਪਹਿਲਾਂ ਆਪਣੀ ਜਿਹੜੀ ਪੰਜਾਬ ਦੀ ਵਿਧਾਨ ਸਭਾ ਹੈ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਉਹਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਿਆ ਜਾਊਗਾ। ਉਹ ਰੈਜ਼ੋਲੂਸ਼ਨ ਪਾਸ ਕਰਿਆ ਜਾਊਗਾ ਜੀ ਸਪੈਸ਼ਲ ਮੈਜੋਰਟੀ ਨਾਲ। ਇਹ ਕੱਲਾ ਕੱਲਾ ਸ਼ਬਦ ਤੁਸੀਂ ਧਿਆਨ ਨਾਲ ਸੁਣਨਾ, ਉਹ ਰੈਜ਼ੋਲੂਸ਼ਨ ਪਾਸ ਕਰਿਆ ਜਾਊਗਾ
ਸਪੈਸ਼ਲ ਮੈਜੋਰਟੀ ਨਾਲ, ਯਾਨੀ ਕਿ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ 117 ਮੈਂਬਰ ਨੇਗੇ, ਤੇ ਉਹ 117 ਦੇ 2/3 ਮੈਂਬਰ ਜੇ ਵੋਟ ਪਾਉਣਗੇ ਹੱਕ ਦੇ ਵਿੱਚ ਤਾਂ ਉਹ ਰੈਜ਼ੋਲੂਸ਼ਨ ਅੱਗੇ ਜਾਊਗਾ ਜੀ ਪਾਰਲੀਮੈਂਟ ਕੋਲ, ਤੇ ਪਾਰਲੀਮੈਂਟ ਹੁਣ ਅੱਗੇ ਕੀ ਕਰੂਗਾ, ਪਾਰਲੀਮੈਂਟ ਸਿੰਪਲ ਮੈਜੋਰਟੀ ਦੇ ਨਾਲ ਉਹ ਰੈਜ਼ੋਲੂਸ਼ਨ ਪਾਸ ਕਰਕੇ ਉਸ ਸਟੇਟ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਜਿਹੜੀ ਪਰਿਸ਼ਦ ਹੋਊਗੀ ਇਹਨੂੰ ਪਾਸ ਕਰ ਦੂਗਾ, ਤੇ ਆਪਣੇ ਪੰਜਾਬ ਨੂੰ ਵੀ ਵਿਧਾਨ ਪਰਿਸ਼ਦ ਯਾਨੀ ਕਿ ਲੈਜਿਸਲੇਟਿਵ ਕੌਂਸਲ ਮਿਲ ਜੂਗੀ, ਯਾਨੀ ਕਿ ਲੈਜਿਸਲੇਟਿਵ ਕੌਂਸਲ ਨੂੰ ਬਣਾਉਣ ਜਾਂ ਅਬੋਲਿਸ਼ ਕਰਨ ਦੀ ਪਾਵਰ ਪਾਰਲੀਮੈਂਟ ਕੋਲ ਹੀ ਹੈ, ਬਟ ਉਹ ਅੱਗੇ ਪਹਿਲਾਂ ਜਿਹੜੀ ਉਹ ਮਤਲਬ ਉਹ ਬਣਨੀ ਹੈ ਜਾਂ ਉਹ ਅਬੋਲਿਸ਼ ਕਰਨੀ ਹੈ ਇਹ ਸਟੇਟ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਇਹਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਨਾ ਪਊਗਾ। ਤੇ ਪੇਪਰ ਦੇ ਵਿੱਚ ਕੁਸ਼ਚਨ ਕੀ ਆਇਆ ਸੀਗਾ ਵੀ ਹੂ ਕੈਨ ਅਬੋਲਿਸ਼ ਔਰ ਕ੍ਰੀਏਟ ਲੈਜਿਸਲੇਟਿਵ ਕੌਂਸਲ, ਤਾਂ ਉਹਦਾ ਆਨਸਰ ਆਉਣਾ ਜੀ ਪਾਰਲੀਮੈਂਟ। ਬਟ ਇਹਦੇ ਵਿੱਚ ਵੀ ਕੰਡੀਸ਼ਨ ਹੈ, ਹੁਣ ਪੰਜਾਬ ਦੀ ਏਦਾਂ ਨਹੀਂ ਹੈਗਾ ਵੀ ਆਪਦੀ ਮਰਜ਼ੀ ਹੈ ਜਦੋਂ ਮਰਜ਼ੀ ਸਪੈਸ਼ਲ ਮੈਜੋਰਟੀ ਨਾਲ ਰੈਜ਼ੋਲੂਸ਼ਨ ਪਾਸ ਕਰ ਦਿਓ ਤੇ ਅੱਗੇ ਪਾਰਲੀਮੈਂਟ ਦੇ ਵਿੱਚ ਭੇਜ ਦਿਓ ਤੇ ਪਾਰਲੀਮੈਂਟ ਪੰਜਾਬ ਦੀ ਜਿਹੜੀ ਵਿਧਾਨ ਪਰਿਸ਼ਦ ਹੈ ਲੈਜਿਸਲੇਟਿਵ ਕੌਂਸਲ ਹੈ ਉਹਨੂੰ ਕ੍ਰੀਏਟ ਕਰ ਦੂਗਾ। ਏਦਾਂ ਨਹੀਂ ਹੈਗਾ, ਇੱਕ ਕੰਡੀਸ਼ਨ ਦਿੱਤੀ ਹੋਈ ਹੈ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ, ਕੌਂਸਟੀਟਿਊਸ਼ਨ ਦਾ ਆਰਟੀਕਲ 171 ਉਹਦਾ ਅੱਗੇ ਸਬ ਕਲੋਜ਼ 1 ਉਹਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਵੀ ਜਿਹੜੀ ਕਿਸੇ ਸਟੇਟ ਦੀ ਵਿਧਾਨ ਮਤਲਬ ਪਰਿਸ਼ਦ ਹੈ ਲੈਜਿਸਲੇਟਿਵ ਕੌਂਸਲ ਹੈ ਉਹਦੇ ਵਿੱਚ ਜਿੰਨੇ ਮੈਂਬਰ ਹੋਣਗੇ ਉਹਦੇ ਲਈ ਇਹਨਾਂ ਨੇ ਇੱਕ ਕੰਡੀਸ਼ਨ ਦਿੱਤੀ ਹੈ ਵੀ ਸਟੇਟ ਦੀ ਜਿਹੜੀ ਵਿਧਾਨ ਸਭਾ ਹੋਊਗੀ, ਵਿਧਾਨ ਮਤਲਬ ਸਟੇਟ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੋਊਗੀ ਉਹਦੇ ਮਤਲਬ 1/3 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ, ਮਤਲਬ ਕਿਸੇ ਸਟੇਟ ਦੀ ਤੁਸੀਂ ਸਿੱਧੇ ਸ਼ਬਦਾਂ ਸੁਣੋ, ਸਟੇਟ ਦੀ ਜਿਹੜੀ ਵਿਧਾਨ ਪਰਿਸ਼ਦ ਬਣਾਉਣੀ ਹੈ ਤਾਂ ਉਹਦੇ ਬਣਾਉਣ ਦੇ ਲਈ ਇੱਕ ਕੰਡੀਸ਼ਨ ਹੈ ਜਿਹੜੀ ਸਟੇਟ ਦੀ ਵਿਧਾਨ ਸਭਾ ਹੋਊਗੀ ਲੈਜਿਸਲੇਟਿਵ ਅਸੈਂਬਲੀ ਹੋਊਗੀ ਉਹਦੇ ਜਿੰਨੇ ਮੈਂਬਰ ਨੇ ਉਹਦੇ 1/3 ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਤੇ ਮਿਨੀਮਮ 40 ਮੈਂਬਰ ਤੋਂ ਘੱਟ ਨਹੀਂ ਹੋਣੇ ਚਾਹੀਦੇ। ਹੁਣ ਜੇ ਤੁਹਾਨੂੰ ਇੱਥੇ ਨਹੀਂ ਸਮਝ ਆਇਆ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਸਮਝਾਉਣਾ, ਆਪਾਂ ਉਹਨੇ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ 117 ਐਮਐਲਏ ਨੇ, ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈ ਵੀ 1/3 ਤੋਂ ਮੈਂਬਰ ਐਕਸੀਡ ਨਹੀਂ ਕਰਨੇ ਚਾਹੀਦੇ, ਠੀਕ ਹੈ ਬਈ ਸ਼ੈਲ ਨੋਟ ਐਕਸੀਡ 1/3 ਆਫ ਦਾ ਟੋਟਲ ਮੈਂਬਰ ਆਫ ਦਾ ਲੈਜਿਸਲੇਟਿਵ ਅਸੈਂਬਲੀ ਆਫ ਦੈਟ ਸਟੇਟ। ਚਲੋ ਆਪਾਂ 117 ਦਾ 1/3 ਕਰਕੇ ਦੇਖੀਏ ਕਿੰਨਾ ਆਉਂਦਾ, ਅਪਰੋਕਸੀਮੇਟਲੀ 39 ਮੈਂਬਰ ਹੋਣਾ ਚਾਹੀਦਾ, ਠੀਕ ਹੈ ਮਤਲਬ 39 ਮੈਂਬਰ ਅਪਰੋਕਸੀਮੇਟਲੀ ਹੋਣੇ ਚਾਹੀਦੇ ਨੇ ਜੇ ਲੈਜਿਸਲੇਟਿਵ ਕੌਂਸਲ ਬਣਾਉਣੀ ਹੈ। ਬਟ ਇੱਕ ਹੋਰ ਕੰਡੀਸ਼ਨ ਹੈ, ਮਿਨੀਮਮ ਕੰਡੀਸ਼ਨ ਵੀ ਹੈਗੀ ਹੈ ਨਾ ਵੀ ਘੱਟੋ ਘੱਟ 40 ਮੈਂਬਰ ਹੋਣੇ ਚਾਹੀਦੇ ਨੇ, ਮਤਲਬ 40 ਤੋਂ ਲੈ ਕੇ 1/3 ਕਿਸੇ ਸਟੇਟ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਇਹਦੇ ਵਿੱਚ ਜੇ ਐਮਐਲਏ ਆਉਂਦੇ ਨੇ ਤਾਂ ਹੀ ਕਿਸੇ ਸਟੇਟ ਦੀ ਲੈਜਿਸਲੇਟਿਵ ਕੌਂਸਲ ਬਣਾਈ ਜਾਊਗੀ। ਹੁਣ ਪੰਜਾਬ ਦੇ 117 ਐਮਐਲਏ ਦਾ ਆਪਾਂ 1/3 ਕਰਕੇ ਦੇਖੀਏ ਤਾਂ ਉਹ ਆਉਂਦਾ ਜੀ 39-39 ਤੇ ਮਿਨੀਮਮ ਕੰਡੀਸ਼ਨ ਕਿੰਨੀ ਹੈ ਉਹ ਹੈਗੀ ਜੀ 40, ਯਾਨੀ ਕਿ ਪੰਜਾਬ ਇੰਨਾ ਮੰਦਭਾਗਾ ਆਪਣੇ ਕੋਲ ਸਿਰਫ 1 ਐਮਐਲਏ ਘੱਟਦਾ ਹੈ ਲੈਜਿਸਲੇਟਿਵ ਕੌਂਸਲ ਬਣਾਉਣ ਦੇ ਲਈ। ਸੋ ਆਪਾਂ ਉਨਾ ਚਿਰ ਲੈਜਿਸਲੇਟਿਵ ਕੌਂਸਲ ਨਹੀਂ ਬਣਾ ਸਕਦੇ ਜਿੰਨਾ ਚਿਰ ਆਪਣੇ ਕੋਲ 40 ਮੈਂਬਰ ਪੂਰੇ ਨਹੀਂ ਹੁੰਦੇ। ਸੋ ਇਹ ਇੱਕ ਮੇਨ ਕੰਡੀਸ਼ਨ ਹੈ, ਇਦਾਂ ਹੀ ਹਰੇਕ ਸਟੇਟ ਦੀ ਆਪਦੀ ਮਰਜ਼ੀ ਨਹੀਂ ਹੁੰਦੀ ਵੀ ਆਪਦੀ ਮਰਜ਼ੀ ਦੇ ਨਾਲ ਉਹ ਆਪਦੀ ਵਿਧਾਨ ਸਭਾ ਦੇ ਵਿੱਚ ਆਪਣਾ ਸਪੈਸ਼ਲ ਮੈਜੋਰਟੀ ਨਾਲ ਰੈਜ਼ੋਲੂਸ਼ਨ ਪਾਸ ਕਰਕੇ ਪਾਰਲੀਮੈਂਟ ਦੇ ਵਿੱਚ ਭੇਜ ਦੇਣਗੇ ਤੇ ਪਾਰਲੀਮੈਂਟ ਲੈਜਿਸਲੇਟਿਵ ਕੌਂਸਲ ਬਣਾ ਦੂਗਾ। ਆਹ ਕੰਡੀਸ਼ਨ ਦਾ ਪੂਰਾ ਹੋਣਾ ਜ਼ਰੂਰੀ ਹੈ। ਸੋ ਇਹ ਤੁਸੀਂ ਫਾਰਮੂਲਾ ਆਪਣੇ ਨੋਟਬੁੱਕ ਦੇ ਵਿੱਚ ਵੀ ਲਿਖ ਸਕਦੇ ਹੋ ਵੀ ਮਿਨੀਮਮ ਮੈਂਬਰ ਘੱਟੋ ਘੱਟ 40 ਹੋਣੇ ਚਾਹੀਦੇ ਨੇ ਤੇ ਵੱਧ ਤੋਂ ਵੱਧ ਉਸ ਸਟੇਟ ਦੀ ਜਿਹੜੀ ਵਿਧਾਨ ਅਸੈਂਬਲੀ ਹੋਊਗੀ ਲੈਜਿਸਲੇਟਿਵ ਅਸੈਂਬਲੀ ਹੋਊਗੀ ਉਹਦਾ 1/3 ਤੋਂ ਐਕਸੀਡ ਨਹੀਂ ਕਰਨੇ ਚਾਹੀਦੇ। ਸੋ ਇਹ ਸਭ ਤੋਂ ਇੰਪੋਰਟੈਂਟ ਕੰਡੀਸ਼ਨ ਹੈਗੀ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਸਟੇਟ ਦੀ ਵਿਧਾਨ ਪਰਿਸ਼ਦ ਹੁੰਦੀ ਹੈ ਲੈਜਿਸਲੇਟਿਵ ਕੌਂਸਲ ਹੁੰਦੀ ਹੈ ਇਹਦੇ ਵਿੱਚ ਜਿਹੜੇ ਮੈਂਬਰ ਹੁੰਦੇ ਨੇ ਉਹ ਕਿੱਥੋਂ ਕਿੱਥੋਂ ਚੁਣੇ ਜਾਂਦੇ ਨੇ। ਸਭ ਤੋਂ ਪਹਿਲਾਂ 1/3 ਮੈਂਬਰ ਇਹ ਕਿੱਥੋਂ ਚੁਣੇ ਜਾਂਦੇ ਨੇ, ਇਹ ਜਿਹੜੀ ਸਟੇਟ ਦੀ ਅਸੈਂਬਲੀ ਹੁੰਦੀ ਹੈ ਵਿਧਾਨ ਸਭਾ ਹੁੰਦੀ ਹੈ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ ਇਹਦੇ ਵਿੱਚੋਂ ਹੀ ਜਿਹੜੇ ਇਲੈਕਟਿਡ ਮੈਂਬਰ ਹੁੰਦੇ ਨੇਗੇ, ਠੀਕ ਹੈ ਉਹ ਅੱਗੇ ਇਹ 1/3 ਮੈਂਬਰ ਭੇਜ ਦੇਣਗੇ, ਠੀਕ ਹੈ। ਤੇ ਉਸ ਤੋਂ ਇਲਾਵਾ 1/3 ਮੈਂਬਰ ਇਹ ਇਲੈਕਟੋਰੇਟ ਇਹ ਕਿੱਥੋਂ ਚੁਣੇ ਜਾਂਦੇ ਨੇ, ਇਹ ਚੁਣੇ ਜਾਂਦੇ ਨੇ ਮਿਊਨਸੀਪੈਲਿਟੀਜ਼ ਹੋ ਗਈਆਂ, ਡਿਸਟ੍ਰਿਕਟ ਬੋਰਡ ਹੋ ਗਏ ਤੇ ਅਦਰ ਹੋਰ ਲੋਕਲ ਅਥਾਰਟੀਜ਼ ਹੋ ਗਈਆਂ ਉਸ ਸਟੇਟ ਦੀਆਂ। ਤੇ ਉਸ ਤੋਂ ਇਲਾਵਾ 1/12 ਜਿਹੜੇ ਮੈਂਬਰ ਹੋ ਗਏ ਇਹ ਇਲੈਕਟੋਰੇਟ ਹੁੰਦੇ ਨੇ ਜਿਹਦੇ ਵਿੱਚ ਟੀਚਰਸ ਹੁੰਦੇ ਨੇ, ਠੀਕ ਹੈ ਕਈ ਮਤਲਬ ਕਾਲਜਿਸ ਯੂਨੀਵਰਸਿਟੀ ਦੇ ਟੀਚਰਸ ਹੋ ਗਏ ਉਹ 1/12 ਮੈਂਬਰ ਉਹ ਭੇਜੇ ਜਾਂਦੇ ਨੇ। ਤੇ ਉਸ ਤੋਂ ਇਲਾਵਾ 1/12 ਰਜਿਸਟਰਡ ਗ੍ਰੈਜੂਏਟ ਹੁੰਦੇ ਨੇ, ਧਿਆਨ ਨਾਲ ਸੁਣੋ ਗ੍ਰੈਜੂਏਟ ਤਾਂ ਹੁੰਦੇ ਨੇ ਬਟ ਰਜਿਸਟਰਡ ਗ੍ਰੈਜੂਏਟ ਹੋਣੇ ਚਾਹੀਦੇ ਨੇ। ਪੇਪਰ ਦੇ ਵਿੱਚ ਇੱਕ ਕੁਸ਼ਚਨ ਆਇਆ ਸੀ UPSC ਦੇ ਵਿੱਚ ਉਹਨਾਂ ਨੇ ਕੱਲਾ ਗ੍ਰੈਜੂਏਟ ਪਾਤਾ ਸੀ ਤੇ ਉਹ ਗਲਤ ਹੋ ਗਿਆ ਸੀਗਾ, ਕੱਲਾ ਕੱਲਾ ਸ਼ਬਦ ਇੱਥੇ ਵੀ ਧਿਆਨ ਨਾਲ ਸੁਣਨ ਵਾਲਾ। ਇਹ ਜਿਹੜੀ ਇਹਨਾਂ ਦੀ ਮਤਲਬ ਮੈਂਬਰਸ਼ਿਪ ਹੈ ਵੀ ਕਿੰਨੇ ਕਿੰਨੇ ਵੰਡੇ ਹੋਏ ਨੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਹੈ। ਤੇ ਜਿਹੜੇ ਲਾਸਟ ਦੇ ਵਿੱਚ ਰਹਿ ਗਏ ਮੈਂਬਰ 1/6 ਮੈਂਬਰ ਰਹਿ ਗਏ ਉਹਨਾਂ ਨੂੰ ਸਟੇਟ ਦਾ ਜਿਹੜਾ ਗਵਰਨਰ ਹੋਊਗਾ ਉਹ ਨੋਮੀਨੇਟ ਕਰਕੇ ਭੇਜਦਾ ਹੈ ਤੇ ਉਹ ਕਿਸੇ ਫੀਲਡ ਦੇ ਵਿੱਚ ਉਸਤਾਦ ਹੁੰਦੇ ਨੇ, ਠੀਕ ਹੈ ਯਾਨੀ ਕਿ ਲਿਟਰੇਚਰ ਆਹ ਜਿਹੜੇ ਲਿਖੇ ਹੁੰਦੇ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਲਿਟਰੇਚਰ ਸਾਇੰਸ ਆਰਟ ਕੋਆਪਰੇਟਿਵ ਮੂਵਮੈਂਟ ਜਾਂ ਸੋਸ਼ਲ ਸਰਵਿਸ
ਇਹਨਾਂ ਦੇ ਵਿੱਚ ਇਹ ਮਤਲਬ ਡਿਸਟਿੰਗੁਇਸ਼ ਹੁੰਦੇ ਨੇ, ਇਹ ਮਤਲਬ ਮਹਾਰਤ ਹਾਸਲ ਕੀਤੀ ਹੁੰਦੀ ਹੈ ਤੇ ਇਹਨਾਂ ਮੈਂਬਰਸ ਨੂੰ ਗਵਰਨਰ ਅਪੁਆਇੰਟ ਕਰਕੇ ਭੇਜਦਾ ਵਿਧਾਨ ਪਰਿਸ਼ਦ ਦੇ ਵਿੱਚ। ਸੋ ਇਹ ਸੀਗੀ ਇਹਦੀ ਮਤਲਬ ਕੰਪੋਜੀਸ਼ਨ, ਲੈਜਿਸਲੇਟਿਵ ਕਾਉਂਸਲ ਦੀ ਕੰਪੋਜੀਸ਼ਨ ਕੀ ਹੁੰਦੀ ਹੈਗੀ। ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਲੈਜਿਸਲੇਟਿਵ ਕਾਉਂਸਲ ਵੀ ਜਿਵੇਂ ਰਾਜ ਸਭਾ ਉਹ ਵੀ ਪਰਮਾਨੈਂਟ ਹਾਊਸ ਹੈ, ਉਹ ਡਿਸੋਲਵ ਨਹੀਂ ਹੁੰਦਾ। ਲੈਜਿਸਲੇਟਿਵ ਕਾਉਂਸਲ ਇਹ ਵੀ ਪਰਮਾਨੈਂਟ ਹਾਊਸ ਹੈ, ਹਾਂ ਇਹਨੂੰ ਅਬੋਲਿਸ਼ ਤਾਂ ਕੀਤਾ ਜਾ ਸਕਦਾ ਬਟ ਇਹ ਇੱਕ ਪਰਮਾਨੈਂਟ ਹਾਊਸ ਹੁੰਦਾ। ਇਹਦਾ ਮਤਲਬ ਇਹ ਨਹੀਂ ਹੈਗਾ ਵੀ 5 ਸਾਲ ਬਾਅਦ ਇੱਥੇ ਨਵੀਂ ਸਰਕਾਰ ਆ ਗਈ, ਇੱਦਾਂ ਨਹੀਂ ਹੁੰਦਾ। ਜਿਵੇਂ ਰਾਜ ਸਭਾ ਦੇ ਵਿੱਚ ਕੰਡੀਸ਼ਨ ਹੈ ਉਹਦੇ 1/3 ਜਿਹੜੇ ਮੈਂਬਰ ਹੁੰਦੇ ਨੇ ਉਹ ਹਰੇਕ 2 ਸਾਲ ਬਾਅਦ ਰਿਟਾਇਰ ਹੁੰਦੇ ਨੇ। ਸਿਮਿਲਰਲੀ ਜਿਹੜੀ ਲੈਜਿਸਲੇਟਿਵ ਕਾਉਂਸਲ ਹੈ ਇਹਦੇ 1/3 ਮੈਂਬਰ ਨੇਗੇ ਜਿਹੜੇ ਉਹ 2 ਸਾਲ ਬਾਅਦ ਰਿਟਾਇਰ ਹੁੰਦੇ ਨੇਗੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਉਹ ਪੁਆਇੰਟ ਪਿੱਛੇ, ਜਿਹੜਾ ਮੈਂ ਆਹ ਪੁਆਇੰਟ ਛੱਡਿਆ ਸੀਗਾ ਤੁਹਾਡੇ ਲਈ ਵੀ ਰਾਜ ਸਭਾ ਕੋਲ ਵੀ ਕੁਝ ਕੁ ਜ਼ਿਆਦਾ ਪਾਵਰਸ ਨੇ ਤੇ ਲੈਜਿਸਲੇਟਿਵ ਕਾਉਂਸਲ ਕੋਲ ਕੁਝ ਕੁ ਘੱਟ ਪਾਵਰ ਨੇ, ਜਿਹਦੇ ਕਰਕੇ ਕ੍ਰਿਟਿਸਿਜ਼ਮ ਹੁੰਦਾ ਉਹ ਮੈਂ ਤੁਹਾਨੂੰ ਇੱਥੇ ਸਮਝਾਉਣਾ। ਇਹ ਲਿਖਿਆ ਹੋਇਆ ਇਹ ਕਹਿੰਦੇ ਡੂ ਰਾਜ ਸਭਾ ਐਂਡ ਵਿਧਾਨ ਪਰਿਸ਼ਦ ਹੈਵ ਸਿਮਿਲਰ ਪਾਵਰ, ਕੀ ਰਾਜ ਸਭਾ ਤੇ ਵਿਧਾਨ ਪਰਿਸ਼ਦ ਹੋ ਗਿਆ, ਲੈਜਿਸਲੇਟਿਵ ਕਾਉਂਸਲ ਹੋ ਗਿਆ, ਇਹਨਾਂ ਕੋਲ ਸਿਮਿਲਰ ਪਾਵਰ ਹੈਗੀਆਂ ਨੇ? ਤਾਂ ਸਭ ਤੋਂ ਪਹਿਲੀ ਗੱਲ, ਨੋਟ ਰੀਅਲੀ, ਇਹਨਾਂ ਕੋਲ ਜਿਹੜੀਆਂ ਸਿਮਿਲਰ ਪਾਵਰ ਇਹ ਇੰਜੋਏ ਨਹੀਂ ਕਰਦੇ। ਕਿਹੜੇ ਕਿਹੜੇ ਡਿਫਰੈਂਸ ਹੈ ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਰਾਜ ਸਭਾ ਹੁੰਦੀ ਹੈ ਉਹਦੇ ਕੋਲ ਕਾਫੀ ਪਾਵਰਸ ਹੁੰਦੀਆਂ ਨੇ ਐਸ ਕੰਪੇਅਰ ਟੂ ਲੈਜਿਸਲੇਟਿਵ ਕਾਉਂਸਲ। ਕਿਹੜੇ ਕਿਹੜੇ ਪਾਵਰਸ? ਮਨੀ ਬਿੱਲ ਨੂੰ ਛੱਡ ਕੇ, ਠੀਕ ਹੈ, ਇੱਕ ਧਿਆਨ ਨਾਲ ਸੁਣੋ, ਮਨੀ ਬਿੱਲ ਹੋ ਗਿਆ ਤੇ ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਹੋ ਗਿਆ, ਇਹਨਾਂ ਨੂੰ ਛੱਡ ਕੇ, ਠੀਕ ਹੈ। ਮਤਲਬ ਮਨੀ ਬਿੱਲ ਲਾ ਲਓ ਤੁਸੀਂ ਸਮਝਾਉਣ ਦੇ ਲਈ, ਮਨੀ ਬਿੱਲ ਨੂੰ ਛੱਡ ਕੇ, ਠੀਕ ਹੈ, ਜਿਹੜਾ ਮਤਲਬ ਕੋਈ ਵੀ ਫਾਈਨੈਂਸ਼ੀਅਲ ਬਿੱਲ ਹੋ ਗਿਆ ਇਹਨੂੰ ਛੱਡ ਕੇ ਰਾਜ ਸਭਾ ਹੋ ਗਈ ਜਿਹੜੀ ਉਹ ਕਿਸੇ ਵੀ ਬਿੱਲ ਦੇ ਵਿੱਚ ਆਪਦੀ ਮਤਲਬ ਪੂਰੀ ਉਹਨਾਂ ਨੂੰ ਪਾਵਰ ਹੈਗੀ, ਉਹ ਰੋਕ ਕੇ ਰੱਖ ਸਕਦੇ ਨੇ। ਤੇ ਜੇ ਆਪਾਂ ਆਰਡੀਨਰੀ ਬਿੱਲ ਦੀ ਗੱਲ ਕਰੀਏ ਤਾਂ ਰਾਜ ਸਭਾ ਕੋਲ ਪਾਵਰ ਹੁੰਦੀ ਹੈ ਵੀ 6 ਮਹੀਨਿਆਂ ਤੱਕ ਉਹ ਕਿਸੇ ਆਰਡੀਨਰੀ ਬਿੱਲ ਨੂੰ ਰੋਕ ਸਕਦੀ ਹੈ, ਤੇ ਉਸ ਤੋਂ ਇਲਾਵਾ ਜੇ ਉਹ ਫਿਰ ਵੀ ਨਾ ਪਾਸ ਹੋਇਆ ਤਾਂ ਉਹ ਬਿੱਲ ਅੱਗੇ ਜਾਊਗਾ ਜੁਆਇੰਟ ਸਿਟਿੰਗ ਦੇ ਵਿੱਚ। ਬਟ ਕਿਸੇ ਸਟੇਟ ਦੀ ਜਿਹੜੇ ਲੈਜਿਸਲੇਟਿਵ ਕਾਉਂਸਲ ਹੈ ਕਿ ਉਹਦੇ ਕੋਲ ਇਹ ਪਾਵਰ ਹੈਗੀ ਹੈ? ਬਿਲਕੁਲ ਵੀ ਨਹੀਂ। ਪਹਿਲੀ ਗੱਲ, ਸਟੇਟ ਦੀ ਜਿਹੜੀ ਵਿਧਾਨ ਪਰਿਸ਼ਦ ਹੁੰਦੀ ਹੈ ਉਹ ਮੈਕਸੀਮਮ ਕਿਸੇ ਬਿੱਲ ਨੂੰ, ਕਿਸੇ ਆਰਡੀਨਰੀ ਬਿੱਲ ਨੂੰ ਉਹ 4 ਮਹੀਨੇ ਤੱਕ ਰੋਕ ਸਕਦੀ ਹੈ। ਪਹਿਲਾਂ 3 ਮਹੀਨੇ ਦੇ ਰੋਕੂਗੀ, ਫਿਰ ਦੁਬਾਰਾ ਉਹ ਬਿੱਲ ਜਦੋਂ ਲੈਜਿਸਲੇਟਿਵ ਅਸੈਂਬਲੀ ਤੋਂ ਹੋ ਕੇ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਆਊਗਾ ਤਾਂ ਉਹ ਫਿਰ 1 ਮਹੀਨੇ ਦੀ ਲਈ ਰੋਕ ਸਕਦੀ ਹੈ। ਉਸ ਤੋਂ ਬਾਅਦ ਉਹ ਜਿਹੜਾ ਬਿੱਲ ਹੈਗਾ ਉਹ ਆਟੋਮੈਟਿਕਲੀ ਪਾਸ ਹੋ ਜਾਊਗਾ। ਇਹਦਾ ਮਤਲਬ ਕੀ ਹੈ? ਇੱਥੋਂ ਕੁਐਸਚਨ ਵੀ ਇਹ ਬਣਦਾ ਵੀ ਜਿਹੜੀ ਸਟੇਟ ਦੀ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ ਉਹਦੇ ਵਿੱਚ, ਮਤਲਬ ਕਿਸੇ ਵੀ ਸਟੇਟ ਹੋ ਗਈ ਉਹਦੇ ਵਿੱਚ ਜੁਆਇੰਟ ਸੀਟਿੰਗ ਦਾ ਕੋਈ ਵੀ ਪ੍ਰਾਵਧਾਨ ਨਹੀਂ ਹੁੰਦਾ। ਜਿਵੇਂ ਆਪਣੇ ਪਾਰਲੀਮੈਂਟ ਦੇ ਵਿੱਚ ਜੁਆਇੰਟ ਸੀਟਿੰਗ ਤਾਂ ਹੁੰਦੀ ਹੈ, ਆਪਣੀ ਸਟੇਟ ਦੀ ਜਿਹੜੀ ਲੈਜਿਸਲੇਚਰ ਹੈ ਉਹਦੇ ਵਿੱਚ ਜੁਆਇੰਟ ਸੀਟਿੰਗ ਨਹੀਂ ਹੁੰਦੀ। ਸੋ ਇੱਕ ਦਾ ਸਭ ਤੋਂ ਪਹਿਲੇ ਮਤਲਬ ਡਰਾਬੈਕ ਇਹ ਹੈ ਵੀ ਰਾਜ ਸਭਾ ਦੇ ਮੁਕਾਬਲੇ ਲੈਜਿਸਲੇਟਿਵ ਕਾਉਂਸਲ ਹੋ ਗਿਆ ਉਹਨਾਂ ਕੋਲ ਪਾਵਰ ਘੱਟ ਹੈਗੀ, ਠੀਕ ਹੈ। ਤੇ ਉਸ ਤੋਂ ਇਲਾਵਾ ਦੂਸਰਾ ਕਾਰਨ ਆਪਾਂ ਦੇਖੀਏ, ਜੇ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਜ਼ ਹੁੰਦੀਆਂ ਨੇ ਉਹਨਾਂ ਕੋਲ ਪਾਵਰ ਹੁੰਦੀ ਹੈ ਵੀ ਉਹ ਜਿਹੜੀ ਸੁਜੈਸ਼ਨਸ ਲੈਜਿਸਲੇਟਿਵ ਕਾਉਂਸਲ ਦੁਆਰਾ ਉਹਨਾਂ ਨੂੰ ਭੇਜੇ ਜਾਂਦੇ ਨੇ ਉਹਨਾਂ ਨੂੰ ਉਹ ਓਵਰਰਾਈਡ ਕਰ ਸਕਦੇ ਨੇ। ਜੇ ਆਪਾਂ ਮਨੀ ਬਿੱਲ ਦੀ ਵੀ ਗੱਲ ਕਰੀਏ ਤਾਂ ਜਿਹੜੀ ਵਿਧਾਨ ਪਰਿਸ਼ਦ ਹੈ, ਲੈਜਿਸਲੇਟਿਵ ਕਾਉਂਸਲ ਹੈ, ਉਹ ਉਹਨੂੰ ਸਿਰਫ 14 ਦਿਨ ਦੇ ਲਈ ਹੀ ਰੋਕ ਸਕਦੇ ਹੈ। ਉਸ ਤੋਂ ਬਾਅਦ ਮਨੀ ਬਿੱਲ ਵੀ ਆਟੋਮੈਟਿਕਲੀ ਪਾਸ ਹੋ ਜਾਊਗਾ। ਸੋ ਇਸ ਤੋਂ ਮਤਲਬ ਇੱਕ ਤਾਂ ਜੁਆਇੰਟ ਸੈਸ਼ਨ ਨਹੀਂ ਹੁੰਦਾ ਕਿਸੇ ਸਟੇਟ ਦੇ ਵਿੱਚ, ਤੇ ਦੂਸਰਾ ਉਹ ਕੋਈ ਵੀ ਜਿਹੜਾ ਨੋਨ ਫਾਈਨੈਂਸ਼ੀਅਲ ਬਿੱਲ ਹੈਗਾ ਉਹਦੇ ਵਿੱਚ ਰਾਜ ਸਭਾ ਕੋਲ ਤਾਂ ਕੁਝ ਪਾਵਰਸ ਹੁੰਦੀਆਂ ਨੇ ਬਟ ਜਿਹੜੀ ਸਟੇਟ ਦੀ ਵਿਧਾਨ ਪਰਿਸ਼ਦ ਹੈ ਉਹਦੇ ਕੋਲ ਕੋਈ ਵੀ ਪਾਵਰ ਹੁੰਦੀ ਹੈ। ਮਤਲਬ ਵੀ ਤੁਸੀਂ ਇਹ ਲਾ ਲਓ ਸਿੱਧੇ ਸ਼ਬਦਾਂ ਦੇ ਵਿੱਚ, ਕੋਈ ਬਿੱਲ ਅੱਗੇ ਭੇਜਣਾ ਹੈਗਾ, ਠੀਕ ਹੈ, ਵਿਧਾਨ ਸਭਾ ਤੋਂ ਵਿਧਾਨ ਪਰਿਸ਼ਦ ਦੇ ਵਿੱਚ, ਤਾਂ ਉਹ ਵਿਧਾਨ ਪਰਿਸ਼ਦ ਦੇ ਵਿੱਚ ਸਿਰਫ ਡਿਸਕਸ ਤਾਂ ਹੋ ਸਕਦਾ ਬਟ ਉਹਦੀ ਕੋਈ ਪਾਵਰ ਨਹੀਂ ਹੈਗੀ ਵੀ ਉਹ ਉਸ ਬਿੱਲ ਨੂੰ ਰੋਕ ਸਕੇ। ਇੱਕ ਟਾਈਮ ਲਿਮਿਟ ਦੇ ਤੋਂ ਬਾਅਦ ਉਹ ਬਿੱਲ ਆਟੋਮੈਟਿਕਲੀ ਪਾਸ ਹੋ ਜਾਊਗਾ ਤੇ ਉਹ ਬਿੱਲ ਗਵਰਨਰ ਕੋਲ ਚਲ ਜਾਊਗਾ। ਸੋ ਇਹਨਾਂ ਕਾਰਨਾਂ ਕਰਕੇ ਕ੍ਰਿਟਿਸਿਜ਼ਮ ਹੁੰਦਾ ਲੈਜਿਸਲੇਟਿਵ ਕਾਉਂਸਲ ਕਿਉਂ ਨਹੀਂ ਹੋਣੀ ਚਾਹੀਦੀ। ਸੋ ਅੱਗੇ ਚੱਲਦੇ ਆਪਾਂ, ਲਾਸਟ ਦੇ ਵਿੱਚ ਆਪਾਂ ਵੇ ਅਹੈਡ ਦੇਖਦਾ ਵੀ ਇਹੋ ਜਿਹਾ ਕੀ ਸੁਧਾਰ ਕਰਨੇ ਚਾਹੀਦੇ ਨੇ ਵੀ ਲੈਜਿਸਲੇਟਿਵ ਅਸੈਂਬਲੀ ਵੀ ਹੋਵੇ ਹਰੇਕ ਸਟੇਟ ਦੇ ਵਿੱਚ ਤੇ ਸਾਰਾ ਕੰਮ ਵੀ ਹੋ ਸਕੇ। ਸਭ ਤੋਂ ਪਹਿਲਾਂ ਇੱਕ ਪ੍ਰੋਪਰ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ ਅਪਰ ਹਾਊਸ ਦੇ ਰਿਗਾਰਡਿੰਗ, ਯਾਨੀ ਕਿ ਸਟੇਟ ਲੈਜਿਸਲੇਚਰ ਦਾ ਜਿਹੜਾ ਅਪਰ ਹਾਊਸ ਹੈ ਉਹਦੇ ਰਿਗਾਰਡਿੰਗ ਇੱਕ ਪ੍ਰੋਪਰ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ ਤੇ ਇੱਕ ਲਾਅ ਦੇ ਅਕੋਰਡਿੰਗ ਜਿਹੜੇ ਵੀ ਇਹ ਟੀਚਰਸ ਤੇ ਗ੍ਰੈਜੂਏਟ ਹੋ ਗਏ ਇਹਨਾਂ ਦੇ ਜਿਹੜੀਆਂ ਸੀਟਾਂ ਹੁੰਦੇ ਨੇ ਇਹ ਇਹਨਾਂ ਨੂੰ ਇਹਨਾਂ ਦੇ ਲਈ ਰਿਜ਼ਰਵ ਰੱਖੇ ਹਨ, ਇਹਨਾਂ ਨੂੰ ਰਿਵਾਈਵ ਕਰਿਆ ਜਾਵੇ, ਇਹਨਾਂ ਦੇ ਜਿਹੜੇ ਸੀਟਾਂ ਨੇ ਇਹ ਵਧਾਈਆਂ ਜਾਣ। ਕਿਉਂ? ਕਿਉਂਕਿ ਜਿਹੜੇ ਇਹ ਪੜ੍ਹੇ ਲਿਖੇ ਹੁੰਦੇ ਨੇ ਇਹ ਇੰਟਲੈਕਟ ਲੋਕ ਹੁੰਦੇ ਨੇ, ਇਹਨਾਂ ਦੇ ਸੀਟਾਂ ਜ਼ਿਆਦਾ ਹੋਣਗੀਆਂ ਤਾਂ ਇਹ ਆਪਦੀ ਪੜ੍ਹੇ ਲਿਖੇ ਜਿਹੜੀ ਸ਼ਮਤਾ ਉਹਦਾ ਵੱਧ ਯੂਟੀਲਾਈਜ਼ ਕਰ ਸਕਣਗੇ ਤੇ ਉਸ ਚੀਜ਼ ਨੂੰ ਵੀ ਰੋਕਿਆ ਜਾਊਗਾ। ਜਿਹੜੇ ਆਪਣੇ ਲੀਡਰ ਹੋ ਗਏ ਉਹ ਆਪਦੇ ਜਿਹੜੇ ਹਾਰੇ ਹੋਏ MLA ਹੁੰਦੇ ਨੇ ਉਹਨਾਂ ਨੂੰ ਵੀ ਅੱਗੇ ਲੈਜਿਸਲੇਟਿਵ ਕਾਉਂਸਲ ਵਿੱਚ ਚੁਣ ਕੇ ਭੇਜ ਦਿੰਦੇ ਨੇ, ਇਹ ਚੀਜ਼ ਨੂੰ ਵੀ ਰੋਕਿਆ ਜਾਵੇ, ਠੀਕ ਹੈ।
सो जो पढ़े लिखे लोग ने इन्हों ज्यादा तो ज्यादा मौका दिता जाए स्टेट की विधान परिषद ताकि अपना रोल बखूबी निभा सकन। उस तो अलावा एक रिस्पोंसिबल बॉडी हैगी लैजिस्लेटिव काउंसिल पॉलिसी प्रोग्राम के अपना बखूबी नो रोल निभाते हैं तो यदि पावर ने कि जी इन्होंने भी कुछ पावर देने चाहिए ने एज कंपेयर टू राज्यसभा जिमें किसी बिल में यह रोक सकदियां नेगियां इन्होंने कुछ पावर तो होने चाहिए ने क्योंकि अज के समय किसी स्टेट की जी लैजिस्लेटिव काउंसिल है ਉਹ ਮਤਲਬ ਉਹਦੇ ਕੋਲ ਕੋਈ ਵੀ ਪਾਵਰ ਨਹੀਂ ਹੈਗੀ ਸਿਰਫ ਨਾਮ ਦੀ ਹੀ ਲੈਜਿਸਲੇਟਿਵ ਕਾਉਂਸਲ ਹੈ। ਰਾਜ ਸਭਾ ਦੀ ਤਾਂ ਕਾਫੀ ਜ਼ਿਆਦਾ ਇੰਪੋਰਟੈਂਸ ਹੈਗੀ ਆਪਣੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਬਟ ਲੈਜਿਸਲੇਟਿਵ ਕਾਉਂਸਲ ਇਹਦੇ ਕੋਲ ਪਾਵਰਸ ਦੀ ਕਾਫੀ ਜ਼ਿਆਦਾ ਕਮੀ ਹੈ। ਸੋ ਇਹ ਸੀ ਸਾਰਾ ਆਪਣਾ ਅੱਜ ਦਾ ਅਨਾਲਿਸਿਸ। ਲਾਸਟ ਦੇ ਵਿੱਚ ਮੈਂ ਇੱਕ ਕੁਐਸਚਨ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੁੰਦਾ। ਦੇਖੋ ਆਪਣੇ ਇੰਡੀਆ ਦੇ ਵਿੱਚ ਹੁਣ 6 ਸਟੇਟਸ ਹੀ ਰਹਿ ਗਈਆਂ ਜਿਨ੍ਹਾਂ ਕੋਲ ਆਪਦੀ ਖੁਦ ਦੀ ਲੈਜਿਸਲੇਟਿਵ ਆਪਣੀ ਕਾਉਂਸਲ ਹੈਗੀ ਵਿਧਾਨ ਪਰਿਸ਼ਦ ਹੈ। ਇੱਕ ਤਾਂ ਜੰਮੂ ਕਸ਼ਮੀਰ ਹੁੰਦੀ ਸੀਗੀ ਉਹ ਹੁਣ ਇਹਨਾਂ ਨੇ ਆਰਟੀਕਲ 370 ਖਤਮ ਕਰਤਾ ਐਬੋਰਗੇਟ ਕਰਤਾ ਉਹਦੇ ਨਾਲ ਕੀ ਹੋਇਆ ਉਹਨਾਂ ਦੇ ਜਿਹੜੇ ਲੈਜਿਸਲੇਟਿਵ ਕਾਉਂਸਲ ਸੀਗੀ ਉਹ ਵੀ ਖਤਮ ਹੋ ਗਈ। ਸੋ ਹੁਣ ਪਹਿਲਾਂ 7 ਹੁੰਦੇ ਸੀਗੇ ਹੁਣ 6 ਰਹਿ ਗਿਆ। ਉਹਨਾਂ 6 ਲੈਜਿਸਲੇਟਿਵ ਕਾਉਂਸਲ ਉਹ ਕਿਹੜੇ ਕਿਹੜੇ ਸਟੇਟ ਦੇ ਵਿੱਚ ਨੇ ਉਹਨਾਂ ਦਾ ਨਾਮ ਤੁਸੀਂ ਲਿਖੋ। ਹਾਂ ਇੱਕ ਉੜੀਸਾ ਦੀ ਵੀ ਗੱਲ ਚੱਲ ਰਹੀ ਸੀ ਉਹ ਉੜੀਸਾ ਦੇ ਵਿੱਚ ਹਲੇ ਬਣੀ ਸੀਗੀ ਤੇ ਮੱਧ ਪ੍ਰਦੇਸ਼ ਦੀ ਹੁਣ ਆਪਾਂ ਦੇਖ ਪੜ ਚੁੱਕੇ ਹਾਂ ਗੱਲ ਚੱਲ ਰਹੀ ਹੈ। ਸੋ ਇਹ ਸੀ ਸਾਰਾ ਆਪਣਾ ਅੱਜ ਦਾ ਅਨਾਲਿਸਿਸ। ਮਿਲਦੇ ਆਪਾਂ ਇੱਦਾਂ ਹੀ ਨਵੇਂ ਨਵੇਂ ਇਸ਼ੂ ਦੇ ਨਾਲ। ਧੰਨਵਾਦ।